ਤੁਸੀਂ ਬਹੁਤ ਸੁਣੀਆਂ ਹੋਣੀਆਂ, ਦਿਨ ਦਿਹਾੜੇ ਸੁਣੀਆਂ ਹੋਣੀਆਂ ਚੋਰੀ ਹੁੰਦੀ ਹੋਏ, ਪਰ ਅਜਿਹੀ ਵਾਰਦਾਤ ਤੁਸੀਂ ਪਹਿਲੀ ਵਾਰ ਸੁਣੋਗੇ। ਚੋਰੀ ਕਰਨ ਵਾਲਾ ਇੱਕ ਗੈਂਗ ਜੋ ਕਿ ਲੇਡੀ ਗੈਂਗ ਅਖਵਾਇਆ ਜਾ ਰਿਹਾ, ਜਿਸ ਦੀ ਬਹੁਤ ਜ਼ਿਆਦਾ ਜਿਹੜੀ ਹੈ ਚਰਚਾ ਹੋ ਰਹੀ ਹੈ। ਦੱਸਦੀ ਹੈ ਕਿ 6 ਔਰਤਾਂ ਦਾ ਇਹ ਗੈਂਗ ਚੋਰੀ ਕਰਨ ਦੇ ਵਿੱਚ ਇੰਨਾ ਸ਼ਾਤਿਰ ਕਿ ਪੁਲਿਸ ਨੂੰ ਵੀ ਜਿਹੜਾ ਹੈ ਚਕਮਾ ਦੇ ਦੇਣ। ਇਹ 6 ਔਰਤਾਂ ਦਾ ਗੈਂਗ ਲਗਾਤਾਰ ਕਾਬੂ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜਿਸ ਤਰੀਕੇ ਦੇ ਨਾਲ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ, ਦੇਖ ਕੇ ਸੁਣ ਕੇ ਤੁਹਾਡੇ ਵੀ ਜਿਹੜੇ ਨੇ ਰੋਂਗਟੇ ਖੜ੍ਹੇ ਹੋ ਜਾਣਗੇ। ਦੱਸ ਦੇ ਕਿ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਵਿੱਚ ਹਸਪਤਾਲ ਦੇ ਨਜ਼ਦੀਕ ਫਰਨੀਚਰ ਦੇ ਸ਼ੋਰੂਮ ਦੇ ਵਿੱਚ ਇਹ ਔਰਤਾਂ ਜੋ ਕਿ 6 ਤੇ 4 ਜਿਹੜੀਆਂ ਔਰਤਾਂ ਨੇ ਇਹ ਚੋਰੀ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਦੁਕਾਨ ਬੰਦ ਹੁੰਦੀ ਹੈ, ਪਰ ਜਿਸ ਤਰੀਕੇ ਦੇ ਨਾਲ ਫਿਲਮੀ ਤਰੀਕੇ ਦੇ ਨਾਲ ਇਹ ਚੋਰੀ ਕਰਦੀਆਂ ਨੇ, ਹਾਲਾਂਕਿ ਪਹਿਲਾਂ ਤਾਂ ਆ ਕੇ ਦੁਕਾਨ ਦੇ ਬਾਹਰ ਬਹਿ ਜਾਂਦੀਆਂ ਨੇ 4-5 ਔਰਤਾਂ, ਅਤੇ ਉਸ ਤੋਂ ਬਾਅਦ ਇੱਕ ਪਤਲੀ ਜਿਹੀ ਜਿਹੜੀ ਔਰਤ ਹੁੰਦੀ ਹੈ ਉਹ ਦੁਕਾਨ ਦੇ ਹੇਠੋਂ ਵੜ ਜਾਂਦੀ ਹੈ, ਅਤੇ ਉਸ ਤੋਂ ਬਾਅਦ ਚੋਰੀ ਦੀ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੀ ਹੈ। ਪਰ ਸ਼ਾਇਦ ਇਹ ਭੁਲੇਖੇ ਦੇ ਵਿੱਚ ਰਹਿੰਦੇ ਹੈ ਕਿ ਕਿਸੇ ਵੀ ਤਰੀਕੇ ਦਾ CCTV ਨਹੀਂ ਹੈ, ਜਾਂ ਫਿਰ ਹਨੇਰੇ ਦੇ ਕਰਕੇ ਸੋਚਦੀਆਂ ਨੇ ਸ਼ਾਇਦ ਬਚ ਜਾਣਗੀਆਂ, ਪਰ CCTV ਕੈਮਰੇਜ ਦੇ ਵਿੱਚ ਸਾਰੀ ਵਾਰਦਾਤ ਜਿਹੜੀ ਹੈ ਇਹਨਾਂ ਦੀ ਚੋਰੀ ਦੀ ਕੈਦ ਹੋ ਜਾਂਦੀ ਹੈ। ਦੱਸ ਦਈਏ ਕਿ ਇਹ ਚੋਰੀ ਵਾਲੀ ਔਰਤਾਂ ਦੇ ਗੈਂਗ ਨੂੰ ਲੇਡੀ ਗੈਂਗ ਦਾ ਨਾਮ ਜਿਹੜਾ ਦਿੱਤਾ ਜਾ ਰਿਹਾ ਹੈ। ਲੁਧਿਆਣੇ ਦੇ ਵਿੱਚ ਵੱਖ ਵੱਖ ਜਗ੍ਹਾਵਾਂ 'ਤੇ ਇਹ ਗੈਂਗ ਜਾ ਕੇ ਚੋਰੀ ਕਰਦਾ, ਪਰ ਨਵਾਂ ਜਿਹੜਾ ਮਾਮਲਾ ਭਾਰਤ ਨਗਰ ਤੋਂ ਸਾਹਮਣੇ ਆਉਂਦਾ ਹੈ, ਜਿੱਥੇ ਹਸਪਤਾਲ ਦੇ ਨਜ਼ਦੀਕ ਇੱਕ ਫਰਨੀਚਰ ਦੇ ਸ਼ੋਰੂਮ ਦੇ ਵਿੱਚ ਚੋਰੀ ਕਰਦੀਆਂ ਨੇ। 6-4 ਔਰਤਾਂ ਜਿਹੜੀਆਂ ਨੇ ਬਾਹਰ ਬੈਠਦੀਆਂ ਨੇ, ਅਤੇ ਇੱਕ ਔਰਤ ਸ਼ਟਰ ਬੰਦ ਦੇ ਵਿੱਚ ਹੀ ਜਿਹੜਾ ਥੱਲੋਂ ਦੀ ਛੋਟੀ ਜਿਹੀ ਸਪੇਸ ਦੇ ਵਿੱਚੋਂ, ਕਿਉਂਕਿ ਪਤਲੀ ਹੋਣ ਦੇ ਕਾਰਨ ਉਹ ਵਿੱਚੋਂ ਨਿਕਲ ਜਾਂਦੀ ਹੈ, ਅਤੇ ਉਸ ਤੋਂ ਬਾਅਦ ਇਸ ਪੂਰੀ ਚੋਰਦਾ ਦੀ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੰਦੀ ਹੈ। ਸਾਰੀ ਘਟਨਾ ਹਾਲਾਂਕਿ ਚੋਰੀ ਦੇ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਮਾਲਕ ਵੀ, ਸ਼ੋਰੂਮ ਦਾ ਮਾਲਕ ਵੀ ਹੈਰਾਨ ਪਰੇਸ਼ਾਨ ਹੁੰਦਾ। ਆਖਿਰਕਾਰ ਜਿਸ ਤਰੀਕੇ ਦੇ ਨਾਲ ਇਸ ਪੂਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ, ਹਾਲਾਂਕਿ ਪੁਲਿਸ ਦੇ ਵੱਲੋਂ ਵੀ ਇਸ ਪੂਰੀ ਗੈਂਗ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ, ਪਰ ਲਗਾਤਾਰ ਲੇਡੀ ਗੈਂਗ ਜੋ ਕਿ ਚੋਰਾਂ ਵਾਲਾ ਗੈਂਗ ਦੱਸਿਆ ਜਾ ਰਿਹਾ ਹੈ, ਇਹਨਾਂ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਜਿਹੜੀਆਂ ਨੇ ਵੱਧਦੀਆਂ ਜਾ ਰਹੀਆਂ ਨੇ, ਅਤੇ ਇਹ ਨਵਾਂ ਕਾਰਾ ਜਿਹੜਾ ਇਹਨਾਂ ਨੇ ਕੀਤਾ, ਰਾਤ ਦੇ ਹਨੇਰੇ ਦੇ ਵਿੱਚ ਫਾਇਦਾ ਚੁੱਕਦੇ ਹੋਏ ਇਹ ਔਰਤਾਂ ਆਉਂਦੀਆਂ ਨੇ। ਪਹਿਲਾਂ ਤਾਂ ਦਿਉੜੀ 'ਤੇ ਬਹਿ ਜਾਂਦੀਆਂ ਨੇ, ਅਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਇੱਕ ਔਰਤ ਜਿਹੜੀ ਹੈ ਇਸ ਅੰਦਰ ਜਾਂਦੀ ਹੈ, ਦੁਕਾਨ ਦੇ ਅੰਦਰ ਜਾਂਦੀ ਹੈ, ਅਤੇ ਉਸ ਤੋਂ ਬਾਅਦ ਜਾ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੀ ਹੈ। ਸਾਹਿਲ ਨਾਮ ਹੈ ਜੀ ਮੇਰਾ। ਕਿਹੜੀ ਸ਼ੋਰੂਮ ਹੈ ਸਰ? ਇਹ ਰੋਇਲ ਟਚ ਲੈਮੀਨੇਟ ਦਾ ਸ਼ੋਰੂਮ ਹੈ ਜੀ, ਨੀਅਰ ESI ਹਸਪੀਟਲ, ਓਪੋਜ਼ਿਟ ਸਟੇਟ ਬੈਂਕ ਆਫ ਇੰਡੀਆ। ਸਰ ਕਿਹੜੀ ਜਗ੍ਹਾ ਵਾਕਿਆ ਹੋਇਆ ਤੇ ਕਿੰਨੇ ਵਜੇ ਦਾ ਸਮਾਂ ਸੀ? ਇਹ ਮੈਨੂੰ ਆਪਣਾ ਕਾਲ ਆਈ ਜੀ, ਮੇਰੇ ਸ਼ੋਰੂਮ ਐਗਜ਼ੀਕਿਊਟਿਵ ਰਾਹੁਲ ਦੀ, ਅਪਰੋਕਸੀਮੇਟ ਕੁਛ 10:20 ਮਿੰਟ ਤੇ ਜੀ ਮੈਂ ਸ਼ੋਰੂਮ ਆਇਆ, ਤੇ ਸਰ ਆਪਣਾ ਲੋਕਰ ਟੁੱਟੇ ਹੋਏ ਆ, ਤੇ ਮੈਨੂੰ ਕਿਹਾ ਕਿਵੇਂ ਕੁਛ ਪਤਾ ਨਹੀਂ ਲੱਗਿਆ ਹੈਗਾ, ਇਹਨੇ ਆਪਣਾ ਸਾਡੇ ਗਡਾਊਨ, ਆਪਣਾ ਸ਼ੋਰੂਮ ਦੇ ਉੱਪਰ ਇੱਕ ਗਡਾਊਨ ਹੈ ਫਰਨੀਚਰ ਵਾਲਿਆਂ ਦਾ, ਫਰਨੀਚਰ ਵਾਲਿਆਂ ਦੇ ਇੱਕ ਬੰਦੇ ਨੇ ਪੁੱਛਿਆ ਹੈਗਾ ਕਿ ਤੂੰ ਆ ਕੇ ਦੇਖਿਆ ਨਹੀਂ ਲੋਕਰ? ਉਹ ਕਹਿੰਦਾ ਨਹੀਂ ਮੈਨੇ ਤਾਂ ਨਹੀਂ ਦੇਖਾ। ਫਿਰ ਇਹਨੇ ਮੈਨੂੰ ਫੋਨ ਕੀਤਾ, ਫਿਰ ਮੇਰੇ ਐਗਜ਼ੀਕਿਊਟਿਵ ਸੀ ਮੋਹਿਤ ਜੀ, ਇਹਨਾਂ ਨੂੰ ਮੈਂ ਕਿਹਾ ਫਟਾਫਟ ਤੁਸੀਂ ਪੁਲਿਸ ਸਟੇਸ਼ਨ ਜਾਓ ਪਹਿਲਾਂ, ਇਹ 5 ਨੰਬਰ ਡਿਵੀਜ਼ਨ ਸਾਨੂੰ ਲੱਗਦੀ ਹੈ, ਇਹ 5 ਨੰਬਰ ਡਿਵੀਜ਼ਨ ਦੇ ਵਿੱਚ ਗਏ ਆ, ਉੱਥੇ ਸੁਖਜਿੰਦਰ ਸਿੰਘ ਜੀ ਇੰਚਾਰਜ ਮਿਲੇ ਇਹਨਾਂ ਨੂੰ, ਇਹਨਾਂ ਨੇ ਜਾ ਕੇ ਉੱਥੇ ਕੰਪਲੇਂਟ ਦਿੱਤੀ ਹੈ, ਕੁਛ ਆਲਮੋਸਟ 12 ਵਜੇ ਦੇ ਕਰੀਬ ਸੁਖਜਿੰਦਰ ਸਿੰਘ ਜੀ ਇੱਥੇ ਆ ਗਏ। ਇੱਥੇ ਕੈਸ਼ ਪਿਆ ਸੀ 2 ਡਰੋਰ ਦੇ ਵਿੱਚ, 1,43,000 ਰੁਪਇਆ, ਉਹ ਕੰਪਨੀ ਦਾ ਕੈਸ਼ ਹੁੰਦਾ ਹੈਗਾ ਬੇਸਿਕਲੀ, ਜਿਸ ਤਰ੍ਹਾਂ ਪੂਰੇ ਪੰਜਾਬ ਦੀ ਗੈਲਰੀਜ਼ ਹੈਗੀਆਂ, ਉਹਨਾਂ ਦੇ ਫੁਟਕਲ ਖਰਚੇ ਹੁੰਦੇ ਆ, ਲੋਕਲ ਲੈਵਲ 'ਤੇ ਜਿਹੜੇ ਇੰਪਲੋਈਜ਼ ਹੁੰਦੇ ਉਹਨਾਂ ਦੀ ਸੈਲਰੀਜ਼ ਹੁੰਦੀਆਂ, ਸਾਡੀ ਇਸ ਤਰ੍ਹਾਂ ਪਟਿਆਲਾ ਗੈਲਰੀ ਚੱਲ ਰਹੀ ਹੈ, ਉਹਨਾਂ ਦੇ ਵਿੱਚ ਕੰਸਟਰਕਸ਼ਨ ਚੱਲ ਰਹੀ ਹੈਗੀ ਆ। ਐਂਟਰੈਂਸ ਜੋ ਹੈ, ਅਸੀਂ ਬੜਾ ਸਰਪ੍ਰਾਈਜ਼ ਸੀਗੇ, ਸਾਨੂੰ 2 ਘੰਟੇ ਸਮਝ ਨਹੀਂ ਆ ਰਹੀ ਸੀ ਕੀ ਹੋ ਰਿਹਾ, ਕਿ ਜੋ ਮੇਨ ਸ਼ਟਰ ਹੈ ਸਾਡੀ ਐਂਟਰੀ, ਬਾਬਾ ਫਰਨੀਚਰ ਦੀ ਰੋਇਲ ਟਚ ਦੀ ਐਂਟਰੀ ਮੇਨ ਸ਼ਟਰ ਰੱਖੀ ਹੈ, ਮੇਨ ਸ਼ਟਰ ਨੂੰ ਲੋਕ ਲੱਗੇ ਹੋਏ ਦੋਨੇ ਸਾਈਡ, ਸੈਂਟਰ ਲੋਕ ਨਹੀਂ ਸੀਗਾ, ਦੋਨੇ ਸਾਈਡਾਂ ਲੋਕ ਸੀਗੀਆਂ, ਔਰ ਆਪਣਾ 6 ਲੜਕੀਆਂ ਦਾ ਗੈਂਗ ਆਇਆ ਗਿਆ, ਔਰ ਇੱਕ ਲੜਕੀ ਮਤਲਬ ਕਾਫੀ ਸਲਿਮ ਸੀਗੀ, ਉਹ ਲੜਕੀ ਸ਼ਟਰ ਦੇ ਨੀਚੇ ਗਈ ਹੈ, ਮਤਲਬ ਕਹਿਣ ਦਾ ਕਿ ਜੋ ਸਾਨੂੰ ਵੀਡੀਓ 'ਚ ਨਜ਼ਰ ਆ ਰਿਹਾ, 5 ਲੜਕੀਆਂ ਨੇ ਸ਼ਟਰ ਨੂੰ ਬਾਹਰ ਦੀ ਤਰਫ ਖਿੱਚਿਆ, ਔਰ ਇੱਕ ਲੜਕੀ ਅੰਦਰ ਗਈ ਹੈ, ਸਾਰਾ CCTV ਫੁਟੇਜ ਦੇ ਵਿੱਚ ਹੈ। ਹਾਂ, ਲੜਕੀ ਸੀਧਾ ਯਹਾਂ ਪੇ ਆ ਰਹੀ ਹੈ ਜੀ, ਹਮਾਰੇ ਆਪਣਾ ਬੇਸਮੈਂਟ ਮੇ ਹਮਾਰਾ ਸ਼ੋਰੂਮ ਹੈ ਜੀ, ਵਹਾਂ ਪੇ ਆ ਕੇ ਉਸਨੇ ਆਪਣਾ ਪਹਿਲਾਂ ਡਰੋਰ ਕੋ ਚੈੱਕ ਕਰਾ, ਤੋ ਡਰੋਰ ਓਪਨ ਨਹੀਂ ਹੋਏ। ਹਾਂ, ਡਰੋਰ ਪੇ ਆਈ ਹੈ, ਇਸਕਾ ਮਤਲਬ ਹਮੇ ਵੋ ਡਾਊਟਫੁਲ ਬਾਅਦ ਮੇ ਹੈ ਜੀ, ਡਾਊਟ ਹਮੇ ਬਾਅਦ ਮੇ ਕ੍ਰੀਏਟ ਹੁਆ ਜਬ ਹਮੇ ਲੜਕੀ ਕੀ ਵੀਡੀਓ ਦੇਖੀ। ਸਾਨੂੰ ਕੁਛ 3% ਦੇ ਸ਼ੱਕ ਸੀਗਾ, ਜਿਸ ਤਰ੍ਹਾਂ ਸਾਡੇ ਕੁਛ ਆਟੋਸ ਵਾਲੇ ਹੈਗੇ ਆ, ਮਾਰਕੀਟ ਤੋਂ ਅਸੀਂ ਹਾਇਰ ਕਰਦੇ ਹੈਗੇ ਹਾਂ, ਕੁਛ ਸਪਲਾਈ ਵਾਸਤੇ ਇਸ ਤਰ੍ਹਾਂ ਟੇਲਰਸ ਭੇਜਦੇ ਹੈਗੇ ਆ। ਹਾਂ, ਮਤਲਬ ਆਲਮੋਸਟ 3 ਸਾਲ ਤੋਂ ਸਾਡਾ ਕੈਸ਼ ਇੱਥੇ ਪਿਆ ਹੁੰਦਾ ਹੈਗਾ, ਸਭ ਦੇ ਸਾਹਮਣੇ ਕੈਸ਼ ਰੱਖਦੇ ਹਾਂ। ਕੈਸ਼ ਵੀ ਪਿਆ, ਮੋਬਾਈਲ ਵੀ ਪਿਆ ਸੀ, ਮੋਬਾਈਲ ਨਹੀਂ ਲੈ ਕੇ ਗਏ, ਮੋਬਾਈਲ ਹੋ ਸਕਦਾ ਉਹਨਾਂ ਦੀ ਨਿਗਾਹ 'ਚ ਨਹੀਂ ਆਇਆ, ਬੇਸਿਕਲੀ ਡਾਕੂਮੈਂਟ ਕਾਫੀ ਪਏ ਹੋਏ ਤਾਂ ਡਾਕੂਮੈਂਟ ਦੇ ਵਿੱਚ ਮੋਬਾਈਲ ਲੁਕਿਆ, ਬਸ 1,43,800 ਸਮਥਿੰਗ ਕੁਛ ਕੈਸ਼ ਹੈ। ਹਾਂ, ਕੰਪਨੀ ਨੂੰ ਦੱਸਦਾ ਹੋਇਆ ਜੀ, ਦੇਖੋ ਆਪਣਾ ਨੁਕਸਾਨ ਤਾਂ ਨੁਕਸਾਨ ਹੈ, ਕੋਈ ਵੀ ਆਫਟਰਆਲ ਮੇਰੇ ਉੱਪਰ ਕੀ ਗੱਲ ਆਉਂਦੀ ਹੈ, ਜਾਂ ਮਤਲਬ ਕੈਸ਼ ਦੀ ਭਰਪਾਈ ਕਿਹਨੂੰ ਕਰਨੀ ਪੈਂਦੀ ਹੈਗੀ ਹੈ, ਅਤੇ ਉਹ ਸਭ ਸ਼ੋਰੂਮ ਐਗਜ਼ੀਕਿਊਟਿਵ ਹੈ, ਉਹਨੇ ਲੜਕਾ ਮਤਲਬ ਜੋ ਵੀ ਆਪਣਾ 15,000 ਰੁਪਏ 'ਤੇ ਕਰ ਰਿਹਾ,
ਇਹਦੇ ਵਾਸਤੇ ਮਤਲਬ ਉਹ ਜਵਾਬਦੇਹੀ ਬੜੀ ਮੁਸ਼ਕਿਲ ਹੈਗੀ ਹੈ। ਪੁਲਿਸ ਪ੍ਰਸ਼ਾਸਨ ਕੋਲ ਗਏ ਹਾਂ ਜੀ, 5 ਨੰਬਰ ਡਿਵੀਜ਼ਨ ਦੇ ਵਿੱਚ, ਉੱਥੇ ਆਪਣਾ ਸੁਖਜਿੰਦਰ ਸਿੰਘ ਜੀ ਇੱਥੇ ਆਏ ਸਾਡੇ ਕੋਲ, ਬੜੀ ਵਧੀਆ ਉਹਨਾਂ ਨੇ ਗੱਲ ਸੁਣੀ ਹੈਗੀ ਹੈ। ਅਤੇ ਗਡਾਊਨ ਆਪਣਾ ਸ਼ਟਰ ਦੀ ਵੀ ਅਸੀਂ ਪੂਰੀ ਕੀਤੀ ਹੈ ਕਿ ਸ਼ਟਰ ਬਾਹਰੋਂ ਖਿੱਚ ਕੇ ਦੇਖਿਆ ਕਿ ਕਿਵੇਂ ਹੋ ਸਕਦਾ ਹੈਗਾ, ਨਹੀਂ ਹੋਇਆ। ਉਸ ਤੋਂ ਬਾਅਦ ਅਸੀਂ ਮੇਵਾ ਸਿੰਘ ਜੀ ਇੰਚਾਰਜ ਜੀ ਆਏ ਗਏ ਆ ASI ਜੀ, ਅਤੇ ਇਹਨਾਂ ਦਾ ਇਹਨਾਂ ਦੇ ਇਹ ਰੈਂਟ 'ਤੇ ਹੈਗੀ ਆ ਇਹਨਾਂ ਕੋਲ ਔਫਿਸ ਇਹਨਾਂ ਦਾ, ਅਤੇ ਇੱਥੇ ਮੋਰਨਿੰਗ ਟਾਈਮ 6 ਵਜੇ ਲੇਡੀਜ਼ ਸੀਗੀਆਂ ਅਤੇ ਉਹ ਆਈਆਂ ਨੇ, ਉਹਨਾਂ ਨੇ ਝੁੰਡ ਜਿਹਾ ਬਣਾ ਕੇ ਬੈਠੇ ਨੇ ਅਤੇ ਵੀਡੀਓ ਫੁਟੇਜ ਦੇ ਵਿੱਚ ਦੇਖਿਆ 6 ਨੇ ਜੀ, ਅਤੇ ਉਹਨਾਂ ਨੇ ਵਿੱਚੋਂ ਸ਼ਟਰ ਖਿੱਚਿਆ, ਬੱਚੀ ਛੋਟੀ ਅੰਦਰ ਆਈ ਆ, ਅਤੇ ਉਹ ਇਹਨਾਂ ਦੇ ਦੱਸਣ ਦਾ ਵੀ ਕੈਸ਼ ਵਗੈਰਾ ਲੈ ਕੇ ਗਏ ਆ, ਅਤੇ ਇਹਨਾਂ ਨੇ ਦੱਸਿਆ ਵੀ ਕੈਸ਼ 10-15 ਦਿਨ ਦਾ ਇੱਥੇ ਹੀ ਪਿਆ ਸੀਗਾ। ਇਹਨਾਂ ਨੂੰ ਆਹ ਲੋਕ ਵੀ ਖਰਾਬ ਹੈਗੇ ਇਹਨਾਂ ਦੇ ਔਫਿਸ ਦੇ, ਜਿਹੜੇ ਇਹਨਾਂ ਦੇ ਰੈਂਟ 'ਤੇ ਲਿਆ ਹੋਇਆ ਜੀ। ਬਾਕੀ ਇਹ ਆਈਡੈਂਟੀਫਾਈ ਕਰ ਰਹੇ ਹਾਂ ਜੀ ਉਹਨਾਂ ਨੂੰ, ਜਿਹੜੀਆਂ ਲੇਡੀਜ਼ ਗਈਆਂ ਨੇ ਸਾਈਡ ਨੂੰ, ਅਤੇ ਬਾਹਰ CCTV ਫੁਟੇਜ ਜਿਹੜੀ ਹੈਗੀ ਆ ਉਹ ਚੈੱਕ ਕਰਕੇ ਟੇਸਟ ਕਰ। ਇਨਫੋਰਮੇਸ਼ਨ ਕੋਈ 12:30-1 ਵਜੇ ਆਏ ਨੇ ਸਾਡੇ ਕੋਲ ਜੀ, ਇਹ 6 ਵਜੇ ਦੀ ਘਟਨਾ ਹੋਈ ਹੈ। ਇਹਨਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ ਸਾਡੇ ਕੋਲ, ਤਾਂ ਜਦੋਂ ਆਏ ਨੇ ਇਹ ਸਾਡੇ ਕੋਲ 12:30 ਵਜੇ ਦੇ ਕਰੀਬ ਆਏ ਨੇ, ਉਸੇ ਟਾਈਮ ਅਸੀਂ ਇਹਨਾਂ ਕੋਲ ਆਏ ਹਾਂ, ਆ ਕੇ ਦੇਖਿਆ ਸਾਰਾ ਮੁਲਾਜ਼ਾ ਕੀਤਾ, ਅਤੇ ਦੂਸਰਾ ਜਿਹੜੀ ਫੁਟੇਜ ਲਈ ਆ ਉਹ ਆਈਡੈਂਟੀਫਾਈ ਕਰ ਰਹੇ ਹਾਂ ਜੀ ਉਹਨਾਂ ਨੂੰ, ਲੇਡੀਜ਼ ਨੂੰ।